ਅੱਜ ਆਪਾਂ ਆ ਚੁੱਕੇ ਹਾਂ ਮਾਮੇ ਘਰ ਅਤੇ ਅੱਜ ਆਪਾਂ ਚੱਲਾਂਗੇ ਬਾਜਪੁਰ ਦੇ ਵਿੱਚ ਸਾਡੇ ਮਾਮੇ ਦਾ ਮੁੰਡਾ ਅਤੇ ਆਪਾਂ ਡਿਨਰ ਕਰਕੇ ਹੁਣ ਆਪਾਂ ਚੱਲੇ ਘੁੰਮਣ ਵਾਸਤੇ ਬਾਜਪੁਰ ਲਈ ਅਤੇ ਅੱਜ ਤੁਹਾਨੂੰ ਆਪਣਾ ਬਾਜਪੁਰੋਂ ਖਾਵਾਂਗੇ ਹੋਰ ਆਪਾਂ ਵੈਸੇ ਆਪਾਂ ਪੈਦਲ ਚੱਲਣੇ ਹਾਂ ਅਤੇ ਪੈਦਲ ਜਾਵਾਂਗੇ ਅਤੇ ਮੋਟਰਸਾਈਕਲ ਆਪਣੀ ਥੱਲੇ ਖੜੀ ਗੱਡੀ ਵੀ ਆਪਣੀ ਕਾਰ ਹੈ ਮੈਂ ਮੋਟਰਸਾਈਕਲ 'ਤੇ ਆਇਆ ਹਾਂ ਇੱਥੇ ਅਤੇ ਚਲੋ ਚੱਲਣਾ ਡਰ ਅਤੇ ਆਪਾਂ ਹੁਣ ਬਾਜ ਰਿਪੇਅਰ ਕਰੋ ਨਿਕਲ ਕੇ ਅਤੇ ਆ ਗਲੀ ਮਾਮੇ ਦੇ ਘਰ ਵਾਲੀ ਆਪਾਂ ਇੱਥੋਂ ਹੁਣ ਬਾਹਰ ਨਿਕਲਦੇ ਨਹੀਂ ਪੈਂਦਾ ਆ ਇੱਥੋਂ ਦਾ ਡੋਗ ਤੁਹਾਨੂੰ ਵਿਖਾਉਂਦੇ ਹਾਂ ਇੱਥੋਂ ਦਾ ਡੋਗ ਆ ਵੇਖੋ ਆ ਵੇਖੋ ਆਪਾਂ ਵੈਸੇ ਮੇਨ ਬਾਜਪੁਰ 'ਚ ਨਹੀਂ ਗਏ ਨਹੀਂ ਕੁਛ ਕਹਿੰਦਾ ਯਾਰ ਅਤੇ ਅੱਜ ਆਪਾਂ ਪੱਗਾਂ ਪੁੱਗਾਂ ਪਹੁੰਚ ਕੇ ਚੱਲੇ ਹਾਂ ਬਾਜਪੁਰ ਵੱਲ ਨੂੰ ਆਹ ਮੇਨ ਰੋਡ ਹੈ ਬਾਜਪੁਰ ਵਾਲਾ ਆਪਾਂ ਇਸ ਮੇਨ ਰੋਡ 'ਤੇ ਆਪਾਂ ਜਾਣਾ ਨਹੀਂ ਮਰਦੇ ਆਹ ਰੋਡ ਅਤੇ ਨਹੀਂ ਫੜਦੇ ਕੀ ਕਹਿਣਾ ਫੜ ਕੇ ਅਤੇ ਤੁਸੀਂ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਅੱਜ ਤੁਹਾਨੂੰ ਬਾਜਪੁਰ ਵਿਖਾਉਂਦੇ ਆਪਣਾ ਅਤੇ ਵੀਡੀਓ ਵਿੱਚ ਬਣੇ ਰਹੋ ਹੋਰ ਚਲੋ ਬਾਜਪੁਰ ਦੇ ਵਿੱਚ ਮਿਲਦੇ ਹਾਂ ਕਾਫੀ ਪੁਰਾਣਾ ਹਿੰਦੁਸਤਾਨ ਟੈਟਰ ਅਤੇ ਆਪਾਂ ਜੇ ਵੀ ਪੈਦਲ ਜਾਂਦੇ ਹਾਂ ਆਪਾਂ ਆਪਣੀ ਮੋਟਰਸਾਈਕਲ ਨਹੀਂ ਲਿਆਂਦੀ ਸਪਲੈਂਡਰ ਵੈਸੇ ਤਾਂ ਬਾਜਪੁਰ ਦੇ ਵਿੱਚ ਰਾਤ ਨੂੰ ਪੈਦਲ ਘੁੰਮਣ ਦਾ ਜ਼ਿਆਦਾ ਸਵਾਦ ਹੁੰਦਾ ਨਾਲ ਮਾਮੇ ਦਾ ਮੁੰਡਾ ਹੈ ਆਪਣਾ ਆਹ ਕਿੰਨੇ ਖਿਲਾਰੀ ਹੈ ਡੰਫਰ ਜੀ ਆਪਾਂ ਹੁਣ ਬਾਜਪੁਰ ਦੇ ਵਿੱਚ ਆ ਚੁੱਕੇ ਹਾਂ ਤੁਸੀਂ ਵੇਖ ਸਕਦੇ ਹੋ ਬਾਜਪੁਰ ਦਾ ਮਾਹੌਲ ਮੈਨੂੰ ਤਾਂ ਪਤਾ ਹੀ ਨਹੀਂ ਕਿਵੇਂ ਦਾ ਅਤੇ ਅੱਗੇ ਹੁਣ ਆਉਣੀ ਆਪਣੀ ਭਗਤ ਸਿੰਘ ਚੌਕ ਆਪਾਂ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਪਿੰਡ ਵੱਲ ਮੁੜ ਜਾਣਾ ਆਹ ਸਾਡਾ ਬਾਜਪੁਰ ਹੋਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਇਹਨਾਂ ਕੋਲ ਕਿ ਤੁਹਾਨੂੰ ਕਿਹੜਾ ਟੋਪਿਕ ਚਾਹੀਦਾ ਅਗਲੇ ਨੈਕਸਟ ਵਲੌਗ ਦੇ ਵਿੱਚ ਫਾਈਨਲੀ ਭਗਤ ਸਿੰਘ ਚੌਕ ਕੋ ਆ ਚੁੱਕੇ ਹਾਂ ਅਤੇ ਕਾਫੀ ਲੱਤਾਂ ਪੀੜਾਂ ਲੱਗ ਗਈਆਂ ਆਪਣੀਆਂ ਅਤੇ ਹੋਰ ਥੋੜ੍ਹਾ ਵੇਟ ਕਰੋ ਆਪਾਂ ਤੁਹਾਨੂੰ ਭਗਤ ਸਿੰਘ ਚੌਕ ਵਿਖਾਉਂਦੇ ਹਾਂ ਤੁਸੀਂ ਵੀ ਕੁਛ ਬੋਲੋ ਬਸ ਮਾਲਕ ਦੀ ਕਿਰਪਾ ਕੁਛ ਜਾਂਦੇ ਹਾਂ ਤੁਰੀ ਜਾਂਦੇ ਲੱਤਾਂ ਲੁੱਤਾਂ ਪੀੜ ਤਾਂ ਨਹੀਂ ਹੁੰਦੀਆਂ ਵੀ ਆਪਾਂ ਭਗਤ ਸਿੰਘ ਚੌਕ ਕੋ ਆ ਚੁੱਕੇ ਹਾਂ ਬਾਜਪੁਰ ਦੀ ਭਗਤ ਸਿੰਘ ਚੌਕ ਆਹ ਰੋਡ ਹੈ ਤੁਹਾਡਾ ਆਪਣੇ ਬਾਜਪੁਰ ਦਾ ਮੇਨ ਰੋਡ ਜਿਹੜਾ ਚੁਰਾਇਆ ਹੈ ਵੈਸੇ ਤਾਂ ਜਿਹੜਾ ਆਪਣਾ ਰੋਡ ਜਾਂਦਾ ਇਹ ਹਲਦਵਾਨੀ ਨੂੰ ਸਿੱਧਾ ਜਾਂਦਾ ਜੇ ਕਿਸੇ ਨੇ ਹਲਦਵਾਨੀ ਆਉਣਾ ਹੋਵੇ ਮੈਨੂੰ ਜ਼ਰੂਰ ਮਿਲ ਕੇ ਜਾਇਓ ਪ੍ਰਗਟ ਸਿੰਘ ਵੀ ਇੱਥੇ ਰਹਿੰਦੇ ਨੇ ਪ੍ਰਗਟ ਸਿੰਘ ਵੀ ਬਾਜਪੁਰ ਦੇ ਵਿੱਚ ਹੀ ਨੇ ਨਿੱਜੀ ਸਥਾਨੀ ਹੈ ਬੰਦੇ ਆ ਆਪਾਂ ਵਲੌਗ ਦੇ ਵਿੱਚ ਬਣੇ ਰਹੋ ਕਿੱਦਾਂ ਦੀ ਲੱਗਦੀ ਸਾਡੀ ਵੀਡੀਓ ਅਤੇ ਆਪਾਂ ਹੁਣ ਘਰ ਚੱਲੇ ਸਮਾਨ ਸੁਣ ਆਪਣਾ ਲੈ ਕੇ ਜੋ ਸਮਾਨ ਲੈਣ ਵਾਸਤੇ ਆਏ ਹਾਂ ਉਹ ਲੈ ਲਿਆ ਅਤੇ ਹੁਣ ਆਪਾਂ ਚੱਲੇ ਘਰ ਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਬਾਜਪੁਰ ਅਤੇ ਅਜੇ ਵੀਡੀਓ 'ਚ ਬਣੇ ਰਹੋ ਆਪਾਂ ਹੁਣ ਘਰ ਚੱਲਦੇ
ਫੜ ਦੋ ਮੈਂ ਦੋ ਫੜ ਮੈਂ ਪੈਸੇ ਦੇ ਦਾ ਹਲੋ ਇਹ ਦੋ ਇਸ ਵਾਲੀ ਰੋ ਯੇ ਲੋ ਤੇ ਆਪਾਂ ਰਾਹ ਦੇ ਵਿੱਚ ਇੱਕ ਸੌਫਟੀ ਖਾਧੀ ਹੈ ਕਾਫੀ ਗਰਮੀ ਜਿਹੀ ਆ ਗਈ ਸੀ ਮੈਂ ਕਿਹਾ ਕੁਝ ਠੰਡੇ ਹੋ ਜਾਈਏ ਕਾਫੀ ਟੇਸਟ ਹੈ ਤੇ ਆਪਣਾ ਵਲੋਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਸੀਂ ਨੈਕਸਟ ਵਲੋਗ ਦਾ ਆਉਣ ਦਾ ਵੇਟ ਕਰਿਓ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਜ਼ਰੂਰ ਕਰਿਓ ਕਿ ਕਿੱਦਾਂ